14वीं सदी दे जबर जिनाह दा ओ समां जदों मुगलां दी तानाशाही ने साडे सभ्याचार त्यौहार इत्थों तक कि साडी जुबान ते भी पाबंदी ला पंजाब दी राज भाषा फारसी बना दित्ती सी। उस समय जदों लंडे दे नां नाल जानी जांदी पंजाबी भाषा कुछ गिने चुने मुनीमां दे बही खात्यां च आखरी साह गिन रही सी ਤਾਂ ਮਸੀਹਾ ਬਣ ਕੇ ਆਏ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਛੋਹ ਨੇ ਇਸ ਨੂੰ ਸਿਰਜੀਵ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦੀ ਅਗਵਾਈ ਹੇਠ ਗੁਰੂ ਅੰਗਦ ਦੇਵ ਜੀ ਨੇ 35 ਅੱਖਰਾਂ ਵਾਲੀ ਇਸ ਭਾਸ਼ਾ ਨੂੰ ਦੇਵਨਾਗਰੀ ਲਿਪੀ ਦੀ ਗੁੜਤੀ ਕੀ ਦਿੱਤੀ ਕਿ ਇਹ ਗੁਰਮੁਖੀ ਬਣ ਗਈ। ਫਿਰ ਤਾਂ ਐਸੀ ਅਸੀਮ ਕਿਰਪਾ ਹੋਈ कि सिख गुरुओं ने गुरु ग्रंथ साहब की रचना ही गुरमुखी विच कर दी। 18वीं सदी च कुछ विद्वाना ने 6 अखरा हेठ बिंदी ला के ते भाई कान सिंह नाभा भाई वीर सिंह वर्गे महान साहित्यकारां दी रचनावां ने इस दे चेहरे नूं होर भी शिंगार दिता। ਹਾਲੇ ਪੰਜਾਬੀ ਆਪਣੇ ਭਰ ਜੋਵਨ 'ਤੇ ਹੀ ਸੀ ਕਿ 1947 ਦੀ ਵੰਡ ਦੇ ਖੂਨੀ ਖੰਜਰ ਨੇ ਦੇਸ਼ ਦੇ ਨਾਲ ਨਾਲ ਇਸ ਦੇ ਚਿਹਰੇ ਦੀ ਮੁਹਾਰ ਵੀ ਵਿਗਾੜ ਦਿੱਤੀ। ਪੰਜਾਬ ਅਤੇ ਪੰਜਾਬੀ ਦੋਹਾਂ ਦੇ ਦੋ ਟੋਟੇ ਹੋ ਗਏ। ਸ਼ਾਹਮੁਖੀ ਲਹਿੰਦੇ ਵਾਲੇ ਲੈ ਗਏ ਅਤੇ ਗੁਰਮੁਖੀ ਸਾਡੇ ਹਿੱਸੇ ਆਏ। ਕਦੇ ਆਪਣੇ ਆਪ ਨੂੰ ਪੜਿਆ ਨਾ। ਬੁੱਧੀਜੀਵੀਆਂ ਦੀ ਚੇਤਾਵਨੀ ਨੂੰ ਜੇ ਗੌਰ ਫਰਮਾਈਏ ਤਾਂ ਪੰਜਾਬ ਦੇ ਬਾਜ਼ਾਰਾਂ 'ਚੋਂ ਗੁਰਮੁਖੀ ਤਾਂ ਹੌਲੀ ਹੌਲੀ ਲੁਪਤ ਹੋ ਹੀ ਰਹੀ ਹੈ ਅਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਪੰਜਾਬੀ ਸਿਰਫ ਇਤਿਹਾਸ ਦੀ ਕਿਸੇ ਕਿਤਾਬ ਦਾ ਇੱਕ ਸਫ਼ਾ ਬਣ ਕੇ ਰਹਿ ਜਾਵੇਗੀ। ਬਗਾਨੀਆਂ ਭਾਸ਼ਾਵਾਂ ਦੇ ਬੋਝ ਥੱਲੇ ਦੱਬੀ ਕੁਚਲੀ ਇੱਕ ਬੇਕਸੂਰ ਮਾਂ ਬੋਲੀ ਅੱਜ ਆਪਣੀ ਔਲਾਦ ਤੋਂ ਸਹਾਰਾ ਲੋਚਦੀ ਹੈ। ਇਹ ਗੱਲ ਹੁਣ ਵਿਚਾਰ ਕਰਨ ਯੋਗ ਹੈ ਕਿ ਮਾਂ ਬੋਲੀ 'ਚ ਗੱਲ ਕਰਦਿਆਂ ਸ਼ਰਮ ਮਹਿਸੂਸ ਕਰਨ ਵਾਲੇ ਅਸੀਂ ਪੰਜਾਬੀ ਆਪਣੀ ਮਾਂ ਪ੍ਰਤੀ ਸੱਚੇ ਸਪੂਤ ਹੋਣ ਦਾ ਫਰਜ਼ ਨਿਭਾਉਣ ਦੀ ਸਮਰੱਥਾ ਰੱਖਦੇ ਹਾਂ ਜਾਂ ਨਹੀਂ। ਇਹ ਕਦੇ ਮਨ ਆਪਣੇ ਵਿੱਚ ਬੜਿਆ ਨਾ।